ਚਾਹੀਦੀ ਹੈ ਜੀ, ਕਈ ਕਈ ਬਾਰੇ ਜਾਣਕਾਰੀ ਦਿਓ, ਕਿੰਨੇ ਮਾਡਲ ਆ ਆਪਣੇ ਕੋਲੇ ਤੇ ਕਦੋਂ ਆਪਣੀ ਦੁਕਾਨ ਸਾਰਾ ਦੱਸ ਦਿਓ। ਕਈ ਜੀ ਮੈਂ ਸੀਗੇ ਪਰਦਾਦਾ ਜੀ, ਯਾਨੀ ਮਿਸਤਰੀ ਗਦੇਵ ਸਿੰਘ ਬਾਂਸਲ, ਹਾਂਜੀ ਉਹ ਸੀਗੇ ਯਾਨੀ ਕਿ ਪਿੰਡ ਝੁੰਡੀ ਸਾਡੀ ਦੁਕਾਨ ਆ ਜੰਡ ਵਾਲਾ ਪਿੰਡ ਦੀ ਨਾਲ ਜੀ। ਠੀਕ ਹੈ, ਇਹ ਪਿੰਡ ਦਾ ਦਰਵਾਜ਼ਾ ਲੱਗਦਾ ਦਰਵਾਜ਼ੇ ਨੂੰ ਮਸ਼ਹੂਰ ਹੋਈ ਜਿਵੇਂ ਕਿ ਪਿੰਡਾਂ ਪਿੰਡਾਂ ਚ ਕੋਈ ਲਾਲ ਗਿਆ ਤੇ ਹੋਰ ਆਪਾਂ ਬਈ ਜੀ ਕੀ ਤੰਗਲੀਆਂ, ਹਾਂਜੀ ਇਹ ਆਪਣੀਆਂ ਤੰਗਲੀਆਂ ਹੁੰਦੀਆਂ ਤਿਆਰ ਇੱਕ, ਹਾਂਜੀ ਇਹਦੀਆਂ ਇਹ ਸੁਤਾ ਹੋ ਗਈਆਂ ਤੰਗਲੀ ਦੀਆਂ, ਹਾਂਜੀ ਇਹ ਸੱਤ ਸੁਤਾ ਵਾਲੀ ਹੋ ਗਈ, ਇਹ ਨੌ ਵਾਲੀ ਵੀ ਆਉਂਦੀ ਹੈ, ਇੱਕ ਆ ਨੌ ਤੰਗਲੀ ਹੁੰਦੀ ਹੈ, ਠੀਕ ਹੈ ਇਹ ਵੱਡੀ ਤੰਗਲੀ ਆ ਗਈ, ਇਹ ਜਿਹੜਾ ਭੁੰਗ ਭਰਦੇ ਆ ਜੀ, ਹਾਂਜੀ ਉਹਨਾਂ ਤੇ ਇਹ ਚੀਜ਼ਾਂ ਦੀ ਏਰੀਆ ਕਵਰ ਕਰਦੀ ਥੋੜਾ ਜਿਹਾ, ਸਾਰੇ ਚ ਰਿਫਟਾਂ ਲੱਗੀਆਂ ਇਹਦੇ ਚ, ਇਹ ਤਾਂ ਆਮ ਹਲਕੀ ਵੀ ਹੁੰਦੀ ਹੈ ਜੀ, ਹੁਣ ਇਹ ਵੈਲਡਿੰਗ ਵਾਲੀ ਆ ਜਾਂਦੀ ਆ, ਛੋਟੇ ਸੰਦ ਆ ਜਾਂਦੇ ਵਰਤੋਂ ਝੰਡੇ ਕਸੋਲੀਆਂ ਖੁਰਪੀਆਂ ਚੌਂਕ ਤਲਕਣਾ ਹਟਾ ਦੇਣਾ ਜੀ, ਚੌਂਕ ਘਟਾਉਣੀ ਇਹਦੀ ਪੂਰੀ, ਫਿਰ ਉੱਤੇ ਹੈਂਬਰ ਲੱਗਾ ਜੀ ਆਪਣਾ, ਉਹਦੇ ਫਿਰ ਉਹਨੂੰ ਪੂਰਾ ਮੂੰਹ ਇੰਚੀ ਮੂੰਹ ਘੁੱਟ ਦੇਣਾ ਅੱਧਾ ਇੰਚੀ, ਫਿਰ ਇਹਨੂੰ ਕੁੱਟ ਕੇ ਵਿੰਗ ਪਾਉਂਦੇ ਆ ਜੀ, ਆਪਣਾ ਪ੍ਰੈਸ ਵਾਲਾ ਕੰਮ ਹੈ ਨੀ ਜੀ, ਜਾਣੀ ਕਿ ਪ੍ਰੈਸ ਤੇ ਵਿੰਗ ਹੀ ਪੈ ਜਾਂਦਾ, ਆਪਣੀ ਲੋਕੇਸ਼ਨ ਇੱਕ ਵਾਰੀ ਦੱਸ ਦਿਓ ਜੀ। ਆਪਣੀ ਲੋਕੇਸ਼ਨ ਹੈਗੀ ਆ ਜੀ, ਇਹ NH ਹਾਈਵੇ ਆ ਜੀ, ਪੂਰਾ ਅੰਮ੍ਰਿਤਸਰ ਤੋਂ ਬਠਿੰਡਾ ਹਾਈਵੇ ਇਹ, ਠੀਕ ਹੈ ਜੀ, NH 54, ਹਾਂਜੀ ਇਹ ਜਾਣ ਕੇ ਤਲਵੰਡੀ ਭਾਈ ਤੋਂ ਵੀ 12 ਕਿਲੋਮੀਟਰ ਆ ਜੀ, ਇੱਧਰ ਫਰੀਦਕੋਟ ਹੈਗਾ ਜੀ, ਫਰੀਦਕੋਟ ਤੋਂ ਹੀ 12 ਕਿਲੋਮੀਟਰ ਵਿਚਾਲੇ ਆ ਜਾਂਦਾ ਪੂਰਾ ਜੀ, ਠੀਕ ਹੈ ਜੀ, ਔਨ ਰੋਡ ਆਪਣੀ ਦੁਕਾਨ ਹੈ ਜੀ, ਹਾਂਜੀ ਹਾਈਵੇ ਜਾਓਗੇ ਜੀ ਜਿਸ ਬਿੰਦੇ ਨੂੰ ਆਉਂਗੇ ਤੁਸੀਂ ਫਰੀਦਕੋਟ ਆ ਸਕਦੇ, ਪੌਲ ਆਊਗਾ ਜੀ, ਪੌਲ ਦੇ ਅੱਗੇ ਹੀ ਆ ਜੀ ਜਾਣੀ ਕਿ ਦੁਕਾਨ ਆਪਣਾ, ਇਹ ਚੰਦਬਾਜ ਅੱਡਾ ਆ ਜਾਂਦਾ ਜੀ, ਜਾਣੀ ਕਿ ਜੰਡ ਵਾਲਾ ਪਿੰਡ ਆ ਰਿਹਾ ਜੀ, ਹਾਂਜੀ ਤੇ ਨਾਲ ਹੀ ਆ ਚੰਦਬਾਜਾ ਪਿੰਡ, ਠੀਕ ਹੈ ਜੀ, ਠੀਕ ਹੈ ਜੀ।